ਬ੍ਰੈਂਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸਾਂਘਾ ਵੱਲੋਂ ਸਾਲ 2019 ਦੀਆਂ ਫੈਡਰਲ ਚੋਣਾਂ ਲਈ ਨਾਮੀਨੇਸ਼ਨ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਬ੍ਰੈਂਟਨ ਤੋਂ ਮੈਂਬਰ ਪਾਰਲੀਮੈਂਟ ਉਹਨਾਂ ਦੀ ਹਿਮਾਇਤ ਲਈ ਪਹੁੰਚੇ। ਹੁਣ ਲਿਬਰਲ ਪਾਰਟੀ ਵੱਲੋਂ ਸਾਲ 2019 ਦੀਆਂ ਚੋਣਾਂ ਲਈ ਐਲਾਨ ਦਿੱਤੇ ਗਏ ਉਮੀਦਵਾਰਾਂ ਵਿੱਚ ਰਮੇਸ਼ ਸਾਂਘਾ ਦਾ ਨਾਂ ਵੀ ਸ਼ਾਮਲ ਹੋ ਗਿਆ। 2019 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਨਾਮੀਨੇਸ਼ਨ ਪ੍ਰੋਸੈਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬ੍ਰੈਂਪਟਨ ਸੈਂਟਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਵੱਲੋਂ 2019 ਦੀਆਂ ਚੋਣਾਂ ਲਈ ਨਾਮੀਨੇਸ਼ਨ ਭਰੀ ਗਈ ਤੇ ਇਸ ਦੇ ਲਈ ਵੱਡੇ ਪੱਧਰ ਤੇ ਸਮਾਗਮ ਉਲੀਕਿਆ ਗਿਆ। ਅੱਜ ਮੇਰੇ ਨਾਮੀਨੇਸ਼ਨ ਅਕ੍ਰੈਡੀਟੇਸ਼ਨ ਦੀ ਇਵੈਂਟ ਆ ਜਿਹਦੇ ਆਰਗੇਨਾਈਜ਼ ਕੀਤੀ ਗਈ ਆ ਬ੍ਰੈਂਪਟਨ ਸੈਂਟਰ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਵੱਲੋਂ, ਉਹ ਮੈਨੂੰ ਅੱਜ ਨੋਮੀਨੇਟ ਹੋਊਗਾ, ਅਨਾਊਂਸਮੈਂਟ ਹੋਊਗੀ ਇਹਦੀ ਕਿ ਮੈਂ ਅੱਗੇ ਤੋਂ 2019 ਦੇ ਵਿੱਚ ਇਲੈਕਸ਼ਨ ਲੜਨ ਲਈ, ਮੁੜ ਕੇ ਰੀਇਲੈਕਸ਼ਨ ਲੜਨ ਲਈ ਆ ਰਿਹਾ ਹਾਂ। ਟੂਡੋ ਟੀਮ ਦਾ ਮੈਂਬਰ ਬਣ ਜਾਵਾਂਗਾ ਅੱਜ ਤੋਂ ਲੈ ਕੇ ਮੈਂ ਅੱਗੇ ਵਾਸਤੇ 2019 ਇਲੈਕਸ਼ਨ ਲਈ। ਸੋ ਇਹ ਇੱਕ ਬਹੁਤ ਵੱਡੀ ਮੇਰੇ ਵਾਸਤੇ ਉਪਲਬਧੀ ਆ। ਮੇਰੇ ਮੈਂ ਸੋਚਦਾ ਕਿ ਮੈਨੂੰ ਰਾਈਟ ਆਨਰੇਬਲ ਜਸਟਿਨ ਟੂਡੋ ਹੁਣਾਂ ਨੇ ਮਾਣ ਦਿੱਤਾ ਕਿ ਮੈਨੂੰ ਇਹ ਫਿਰ ਚੁਣਿਆ ਮੁੜ ਕੇ ਕਿ ਤੂੰ ਵੀ ਇਲੈਕਸ਼ਨ ਲੜ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਆ ਕਿ ਤੁਸੀਂ ਮੈਨੂੰ ਪਹਿਲਾਂ ਵੀ ਇਲੈਕਸ਼ਨ ਜਿਤਾ ਕੇ ਭੇਜਿਆ ਔਰ ਤੁਹਾਡੇ ਮੈਂ ਦਿੱਤੀਆਂ ਗਾਈਡੈਂਸਾਂ, ਤੁਸੀਂ ਜਦੋਂ ਰਾਹੇ ਗਾਹੇ ਬਗਾਹੇ ਮਿਲਦੇ ਰਹੇ ਤਾਂ ਆਫਿਸ ਆ ਕੇ ਤੁਹਾਡੀਆਂ ਗੱਲਾਂ ਦੇ ਵਿੱਚੋਂ ਜੋ ਮੈਨੂੰ ਪੁਆਇੰਟਸ ਮਿਲਦੇ ਰਹੇ ਉਹਨਾਂ ਨੂੰ ਲੈ ਕੇ ਮੈਂ ਕੋਸ਼ਿਸ਼ ਕੀਤੀ ਹਰ ਵੇਲੇ ਪਾਰਲੀਮੈਂਟ ਦੇ ਵਿੱਚ ਉਹਦੀ ਆਵਾਜ਼ ਚੱਕਾਂ। ਬਿੱਲ C-344 ਕਿਸੇ ਵੇਲੇ ਵੀ ਇੰਟਰਨੈਟ 'ਤੇ ਜਾ ਕੇ ਦੇਖਿਓ, ਇੱਕ ਐਡਾ ਵਧੀਆ ਨਾਈਸ ਬਿੱਲ ਆ ਜਿਹਨੂੰ ਕਹਿੰਦੇ ਕਮਿਊਨਿਟੀ ਬੈਨੀਫਿਟ ਐਗਰੀਮੈਂਟਸ, ਉਹ ਮੇਰਾ ਆਪਣਾ ਬਿੱਲ ਹੈ। ਗਾਂਹ ਤੋਂ ਮੈਂ ਚਾਹੁੰਦਾ ਹਰ ਕੋਈ ਇਕੱਠੇ ਹੋ ਕੇ ਹੰਬਾ ਕੇ ਹੰਬਲਾ ਮਾਰ ਕੇ 2019 'ਚ ਫਿਰ ਲਿਆਓ ਸਾਨੂੰ ਜਿਹੜੇ ਕੀਤੇ ਹੋਏ ਕੰਮ ਹੈ ਇਹਨਾਂ ਨੂੰ, ਤਾਂ ਜੋ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨੇਪਰੇ ਚਾੜ ਸਕੀਏ। ਰਮੇਸ਼ਵਰ ਸੰਘਾ ਦੇ ਨਾਮੀਨੇਸ਼ਨ ਇਵੈਂਟ ਵਿੱਚ ਟੀਮ ਟਰੂਡੋ ਦੇ ਹੋਰ ਨੁਮਾਇੰਦੇ ਅਤੇ ਬ੍ਰੈਂਪਟਨ ਦੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਵੀ ਖਾਸ ਤੌਰ ਤੇ ਪਹੁੰਚੇ। ਸੋ ਹੈਪੀ ਟੂ ਬੀ ਹੇਅਰ ਟੂਡੇ ਟੂ ਸਪੋਰਟ ਮਿਸਟਰ ਸੰਘਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅਸੀਂ ਸਾਰੇ 5 ਜਿਹੜੇ ਲਿਬਰਲ MP ਹੈਗੇ ਆ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ। ਅੱਜ ਮਿਸਟਰ ਸੰਘਾ ਦੀ ਨੋਮੀਨੇਸ਼ਨ 'ਤੇ ਅਸੀਂ ਸਾਰੇ ਪਹੁੰਚੇ ਹੋਏ ਹਾਂ। ਇਟਸ ਅ ਗ੍ਰੇਟ ਡੇ ਫੋਰ ਆਲ ਆਫ ਅਸ। ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸਾਡੇ ਪ੍ਰਾਈਮ ਮਿਨਿਸਟਰ ਵੀ ਪਿਛਲੇ ਦਿਨਾਂ ਵਿੱਚ ਜਿਹੜਾ ਅਸੀਂ ਸਾਂਝਾ ਬਾਰਬਿਊ ਕੀਤਾ ਸੀਗਾ ਉੱਥੇ ਆਏ ਸੀਗੇ। ਲਿਬਰਲ ਦੀਆਂ ਪੋਲਿਸੀਜ਼ ਜਿਹੜੀਆਂ ਵਾ ਉਹਦਾ ਵੀ ਗੋਟ ਔਸਮ ਰਿਸਪੋਂਸ, ਜਿਵੇਂ ਕਿ ਜਿਨ੍ਹਾਂ 'ਚ ਜਿਹੜੀ ਚਾਈਲਡ ਟੈਕਸ ਬੈਨੀਫਿਟ, ਸਮਾਲ ਬਿਜ਼ਨਸਿਸ ਨੂੰ ਜੋ ਵੀ ਸੀਨੀਅਰਸ ਵਾਸਤੇ, ਕਿਸੇ ਵੀ ਤੁਸੀਂ ਲੈ ਲਓ, ਚਾਹੇ ਉਹ ਬਿਜ਼ਨਸ ਵਾਸਤੇ, ਚਾਹੇ ਉਹ ਬੱਚਿਆਂ ਵਾਸਤੇ ਜਾਂ ਫੈਮਲੀਜ਼ ਵਾਸਤੇ, ਸੋ ਲਿਬਰਲ ਦੀਆਂ ਜਿਹੜੀਆਂ ਪੋਲਿਸੀਜ਼ ਆ ਜਿਹੜੀਆਂ ਬਹੁਤ ਅੱਛੀਆਂ। ਦਿਸ ਲੋਟ ਹੋਰ ਵੀ ਜਿਹੜਾ ਬਹੁਤ ਕੁਛ ਕਰਨ ਨੂੰ ਹੈਗਾ, ਬਾਕੀ ਅਸੀਂ ਸਾਰੇ ਹੀ ਆਸ ਕਰਦੀਆਂ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਇਸੇ ਹੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੰਮ ਕਰਾਂਗੇ ਅਤੇ ਤੁਹਾਡੀ ਸਪੋਰਟ ਦੇ ਨਾਲ ਇਸੇ ਹੀ ਤਰ੍ਹਾਂ ਨਾਲ ਜਿਹੜਾ ਰਿਸਪੋਂਸ ਸਾਨੂੰ ਉਹ ਮਿਲਦਾ ਰਹੇਗਾ। ਅਤੇ ਮੈਨੂੰ ਅੱਜ ਬਹੁਤ ਖੁਸ਼ੀ ਹੈਗੀ ਆ ਇੱਥੇ ਆਉਣ ਲਈ, ਬਿਕਾਜ਼ ਓਨੈਸਟਲੀ ਇਹ ਬਹੁਤ ਮਿਹਨਤੀ ਬੰਦੇ ਨੇ ਅਤੇ MP ਇਹ ਇੱਥੋਂ ਬਹੁਤ ਐਡਵੋਕੇਟ ਕਰਦੇ ਹੁੰਦੇ ਆ ਜਦੋਂ ਪਾਰਲੀਮੈਂਟ ਹੁੰਦੇ ਆ। ਹਰ ਵਾਰੀ ਇਹ ਜਿਹੜੇ ਕੰਸਟੀਚੁਐਂਸੀ ਲਈ ਇਹ ਕੰਮ ਕਰਦੇ ਨੇ, ਮੈਨੂੰ ਲੱਗਦਾ ਇੰਨੇ MP ਇੰਨਾ ਕਰ ਨਹੀਂ ਸਕਦੇ, ਯੂ ਨੋ। ਪਰ ਇਹ MP ਤੋਂ ਪਹਿਲਾਂ ਵੀ ਇਹ ਕਮਿਊਨਿਟੀ ਲਈ ਬਹੁਤ ਕੰਮ ਕੀਤਾ ਇਹਨਾਂ ਨੇ। ਇਹ ਪਹਿਲਾਂ ਵਕੀਲ ਸੀਗੇ ਅਤੇ ਬਹੁਤ ਲੋਕਾਂ ਦੀ ਮਦਦ ਕੀਤੀ ਸੀ, ਅਤੇ ਮੈਨੂੰ ਬਹੁਤ ਖੁਸ਼ੀ ਇੱਦਾਂ ਮਿਲਦੀ ਆ ਟੂ ਹੈਵ ਅ ਕੋਲੀਗ ਲਾਈਕ ਦੈਟ। ਅਤੇ ਮੈਨੂੰ ਪਤਾ 2019 'ਚ ਜਦੋਂ ਇਲੈਕਸ਼ਨ ਹੋਊਗੀ ਤੁਹਾਡੀ ਸਪੋਰਟ ਜ਼ਰੂਰ ਇਹਨਾਂ ਨੂੰ ਮਿਲੇਗੀ, ਬਿਕਾਜ਼ ਇਹਨਾਂ ਲਈ ਤੁਹਾਡੇ ਲਈ ਬਹੁਤ ਕੰਮ ਕੀਤਾ ਹੈ। ਅਤੇ ਰਮੇਸ਼ ਸੰਘਾ ਇੱਕ ਬਹੁਤ ਚੰਗੇ ਇਨਸਾਨ ਨੇ, ਕਮਿਊਨਿਟੀ ਦੇ ਵਿੱਚ ਬਹੁਤ ਇਨਵੋਲਵ ਰਹੇ ਨੇ ਅਤੇ ਅਪ ਫਰੰਟ ਤੁਹਾਡੇ ਨਾਲ ਗੱਲ ਕਰਦੇ ਨੇ, ਕਲੀਅਰ ਗੱਲ ਕਰਦੇ ਨੇ ਅਤੇ ਤੁਹਾਡੇ ਗੁੱਡ ਲਿਸਨਰ ਨੇ ਐਜ਼ ਏ ਗੁੱਡ ਸਿਟੀਜ਼ਨ ਨੇ। ਮਿਸਟਰ ਰਮੇਸ਼ ਸੰਘਾ ਇਜ਼ ਅ ਵੈਰੀ ਡੈਡੀਕੇਟਡ ਲਿਬਰਲ। ਇਹਨਾਂ ਕੋਲ ਜੋ ਵੀ ਆਦਮੀ ਕਿਸੇ ਵੀ ਮਦਦ ਲਈ ਆਉਂਦਾ ਹੈ ਇਹ ਕਦੇ ਮਨਾ ਨਹੀਂ ਕਰਦੇ, ਪੂਰੇ ਦਿਨ ਤਨ ਮਨ ਤੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਤੇ ਮੈਂ ਇਹ ਚਾਹੁੰਦਾ ਕਿ ਆਉਂਦੇ ਇਲੈਕਸ਼ਨ ਵਿੱਚ ਅਗਲੇ ਸਾਲ ਵੀ ਆਪਾਂ ਸਾਰੇ ਪੂਰਾ ਜ਼ੋਰ ਲਾ ਕੇ ਸੰਘਾ ਸਾਹਿਬ ਨੂੰ ਵੋਟ ਪਾਈਏ ਅਤੇ ਇਹਨਾਂ ਨੂੰ ਜਿਤਾਈਏ ਤਾਂ ਕਿ ਇਹ ਐਵੇਂ ਹੀ ਕਮਿਊਨਿਟੀ ਦੀ ਪੂਰੀ ਮਦਦ ਕਰਦੇ ਰਹਿਣ। ਫੈਡਰਲ ਚੋਣਾਂ ਵਿੱਚ ਬੇਸ਼ੱਕ 1 ਸਾਲ ਦਾ ਸਮਾਂ ਬਾਕੀ ਹੈ ਪਰ ਨੋਮੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਟੀਮ ਟਰੂਡੋ ਵੱਲੋਂ ਹੁਣ ਤੱਕ ਦੀਆਂ ਉਪਲਬਧੀਆਂ ਲੋਕਾਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੇ ਆਧਾਰ 'ਤੇ ਵੋਟਾਂ ਮੰਗੀਆਂ ਜਾ ਸਕਣ। ਕੈਮਰਾਮੈਨ ਦਪਿੰਦਰ ਰੰਧਾਵਾ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ।